ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਇੱਕ ਬੇਨਤੀ ਕੀਤੀ ਜਾ ਰਹੀ ਜੋ ਕਿ 19 ਨਵੰਬਰ ਨੂੰ ਬਹੁਤ ਵੱਡਾ ਇਕੱਠ ਕਰਨ ਦੀ ਅਪੀਲ ਕੀਤੀ ਗਈ ਹੈ। ਔਰ ਇਸ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਕੇਸਗੜ੍ਹ ਤਖ਼ਤ ਵਿਖੇ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਦੇ ਮਾਤਾ ਜੀ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਆਓ ਸਾਡੇ ਪੱਤਰਕਾਰ ਅਨੰਦਪੁਰ ਸਾਹਿਬ ਦਲਜੀਤ ਝਨੌਲੇ ਦੀ ਖਾਸ ਰਿਪੋਰਟ ਦੇਖਦੇ ਹਾਂ। ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਇਹ ਚੈਨਲ ਤੁਹਾਡਾ ਆਪਣਾ ਚੈਨਲ ਹੈ ਈਗਲ ਆਈ 24 ਚੈਨਲ। ਇਹੋ ਜਿਹੀਆਂ ਹੋਰ ਖਬਰਾਂ ਦੇਖਣ ਵਾਸਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਜਸਕਾਰ ਜੀ ਬੰਦੇ ਮਾੜੇ ਨਹੀਂ ਹੈ, ਵਧੀਆ ਬੰਦੇ ਹੈ, ਤੇ ਛੋਟੀ ਸਾਹਿਬ ਵੀ ਵਧੀਆ ਬੰਦੇ ਹੈ। ਮੈਂ ਮਾੜਾ ਜੀ ਕਹਿ ਨੂੰ ਕਹਿੰਦਾ ਹੈ, ਇਹ ਤਾਂ ਸਾਰੇ ਪਾਰਟੀਆਂ ਦੇ ਵਿੱਚ ਕਾਂਗਰਸ ਆਪ ਸਾਰੇ ਹੁੰਦਾ ਹੀ ਰਹਿੰਦਾ ਜੀ ਘਰਾਂ ਦੇ ਵਿੱਚ ਆਪਣੇ ਬੱਚੇ ਜਿਹੜੇ ਆ ਸਾਡੇ ਬੱਚੇ। ਬਾਕੀ ਹੋਰ ਦੇਖ ਲਓ, ਤੇ ਇਦਾਂ ਦੀ ਗੱਲ ਹੁੰਦੀ ਹੈ ਪਾਰਟੀਆਂ ਦੇ ਵਿੱਚ। ਅੱਜ ਦਾ ਜੋ ਸਮਾਗਮ ਹੈ ਕਿ ਪੋਲੀਟੀਕਲ ਜਾਂ ਕੋਈ ਸਿਆਸਤ ਦਾ ਨਹੀਂ ਹੈਗਾ ਸਮਾਗਮ, ਅੱਜ ਇੱਥੇ ਸਿੱਖ ਪੰਥ ਦੀ ਗੱਲ ਹੈ, ਅੱਜ ਇੱਥੇ ਖੰਡੇ ਦੀ ਪੌਲ ਦੀ ਗੱਲ ਹੈ। ਤੁਸੀਂ ਸਿੰਘਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ, ਜਿਹੜੇ ਜੋਸ਼ੀਲੇ ਸਿੰਘ ਅੱਗੇ ਹੋਰ ਤਿਆਰ ਹੋ ਰਹੇ ਆ, ਕਿਵੇਂ ਜੋ ਸਰਕਾਰਾਂ ਅਤਿਆਚਾਰ ਸ਼ੁਰੂ ਤੋਂ ਕਰਦੀਆਂ ਆਈਆਂ ਨੇ, ਇਹਦੇ ਕਿਵੇਂ ਠੱਲ ਪਾਈ ਜਾ ਸਕਦੀ ਹੈ, ਸਿੰਘਾਂ ਨੂੰ ਕੀ ਕਰਨਾ? ਜਦੋਂ ਤੱਕ ਬੰਦ, ਜਦੋਂ ਤੱਕ ਅੰਮ੍ਰਿਤ ਅਸੀਂ ਨਹੀਂ ਛੱਡਦੇ, ਗੁਰੂ ਵਾਲੇ ਨਹੀਂ ਬਣ ਰਹੇ, ਉਦੋਂ ਤੱਕ ਸਾਡੇ ਨਾਲ। ਜਦੋਂ ਅਸੀਂ ਇਕੱਲੇ ਇਕੱਲੇ ਹੋਵਾਂਗੇ, ਤੁਸੀਂ ਬੜੇ ਸੋਹਣੇ ਸਵਾਲ ਕੀਤੇ, ਬਹੁਤ ਸੋਹਣੇ ਬੜੇ ਚੰਗੇ ਲੱਗੇ ਆ ਅੱਡ ਅੱਡ ਹੋਰ, ਲੇਕਿਨ ਗੱਲ ਇਹ ਜਦੋਂ ਤੱਕ ਅਸੀਂ ਅੰਮ੍ਰਿਤ ਨਹੀਂ ਛਕਦੇ, ਜਦੋਂ ਤੱਕ ਅਸੀਂ ਗੁਰੂ ਵਾਲੇ ਨਹੀਂ ਬਣਦੇ ਹੈ, ਵਿਛੜੇ ਰਾਮ ਸੇ ਲੱਗਣ ਯਾਰਮ ਵਜੋਗ, ਜਦੋਂ ਤੱਕ ਅਸੀਂ ਗੁਰੂ ਘਰ ਦੇ ਨਹੀਂ ਬਣਦੇ, ਉਦੋਂ ਤੱਕ ਸਾਡੇ ਨਾਲ ਇੱਦਾਂ ਹੈ। ਪਰ ਇੱਕ ਗੱਲ ਹੈਗੀ, ਹੁਣ ਨੌਜਵਾਨ ਜਿੰਨੇ ਸੀਗੇ, ਮੈਨੂੰ ਸਾਰੇ ਘੁੰਮਣੇ ਦਾ ਮਤਲਬ ਮਿਲ ਜਾਂਦਾ ਜੀ, ਮੈਂ ਪੰਜਾਬ ਦਾ ਆਪਣੇ ਕਿਸਾਨ ਯੂਨੀਅਨ ਦਾ ਹੈਗਾ ਜੀ ਪ੍ਰਧਾਨ, ਇਸ ਕਰਕੇ ਹੁਣ ਸਾਰੀ ਜਿਹੜੀ ਮਡੀਸ਼ ਸੀ ਸਾਰੀ ਨੌਜਵਾਨ ਆ, ਇਹ ਹੁਣ ਚੱਲ ਪਈ ਇੱਧਰ ਨੂੰ। ਇਹ ਸਾਰੀ ਗੱਲ ਖੋਲ ਲਓ ਜੀ, ਬੇਨਤੀ ਹੈ। ਪਹਿਲਾਂ ਵੀ ਇਹ ਗੱਲ ਚੱਲੀ ਸੀ, ਉਹ ਇੱਕ ਦਫ਼ਾ ਮਾਨ ਸਾਹਿਬ ਸਾਡੇ ਪੀ ਜੀ ਆਈ ਦਾਖਲ ਹੋ ਗਏ ਸੀ, ਇਹ ਜਿਹੜੇ ਇਹ ਹੈਗੇ ਆ, ਇਹ ਬਾਬਾ ਜੀ ਉੱਥੇ ਗਏ ਖਬਰ ਨੂੰ ਉਹਦੀ ਕਈ ਵਾਰ, ਹੋਰ ਮਾਨ ਸਾਹਿਬ ਵੋਟ ਵੀ ਕਿਸੇ ਤੇ ਮੰਗਦਾ। ਹਾਂਜੀ ਜੀ, ਪਹਿਲਾਂ ਵੀ ਤੁਹਾਡੇ ਨਾਲ ਚੈਨਲਾਂ ਨਾਲ ਗੱਲ ਹੋਈ ਸੀ, ਜਦੋਂ ਮਾਨ ਸਾਹਿਬ ਬਾਹਰ ਆਏ ਆ, ਮਾਨ ਸਾਹਿਬ ਵੋਟਾਂ ਕਰਕੇ ਨਹੀਂ ਗਿਆ, ਉਹਨੂੰ ਕਿਹਾ ਬਾਬੇ ਨੇ ਉਹਨੂੰ, ਆਓ ਤੁਹਾਨੂੰ ਅਸੀਂ ਵੀ ਦਿਖਾ ਲਈਏ ਆਪਣਾ, ਜਿੱਦਾਂ ਤੁਹਾਡੇ ਗੁਰਦੁਆਰੇ ਚੱਲਦੇ ਆ ਇੱਦਾਂ। ਉਹਨਾਂ ਨੇ ਦਿਖਾ ਕੇ ਮਾਨ ਸਾਹਿਬ ਜੀ ਉੱਥੇ ਕਿਹਾ ਨੀ ਤੇ ਤੁਹਾਡੇ ਵੀ ਸਿਸਟਮ ਠੀਕ ਆ, ਸਾਫ਼ ਸਫਾਈ ਆ, ਲੇਕਿਨ ਉੱਦਾਂ ਜੇ ਤੁਸੀਂ ਵੋਟ ਨਹੀਂ ਅਸੀਂ ਮੰਗਦੇ ਕਿਸੇ ਕੋਲ, ਵੋਟ ਦਾ ਪਾਣੀ ਤੁਸੀਂ, ਵੋਟ ਪਾਣੀ ਸੱਚਾਈ ਨੂੰ। ਮਾਨ ਸਾਹਿਬ ਗਏ ਖਜ਼ਾਨਾ, ਨੌਕਰੀ ਛੱਡੀ ਹੈ, ਉਹਨਾਂ ਨੇ ਬੀਜੇਪੀ ਨੂੰ ਵੋਟ ਪਾਈ ਹੈ ਜੀ, ਆਪਾਂ ਨੂੰ ਕੋਈ ਨਹੀਂ, ਜਿੱਥੇ ਆਪਣਾ ਘਰ ਨਹੀਂ ਉਸ ਰਾਹ ਆਪਾਂ ਕਿਉਂ ਜਾਣਾ, ਮਾਨ ਸਾਹਿਬ ਉੱਥੇ ਗਏ ਕਿਉਂ? ਹਾਂਜੀ ਹਾਂਜੀ, ਜਿਹੜਾ ਜਿੱਥੇ ਸਾਡਾ ਕੋਈ ਲੇਗਾ ਤੇ ਕੋਈ ਨਹੀਂ, ਉੱਥੇ ਉਹਨਾਂ ਦਾ ਜਾਣ ਦਾ ਮਤਲਬ ਹੀ ਨਹੀਂ ਬਣਦਾ ਸੀ, ਉਹ ਗਏ ਕਿਉਂ, ਕੀ ਤੁਸੀਂ ਕੁਝ ਕਹਿ ਸਕਦੇ ਹੋ? ਇਹਦੇ ਬਾਰੇ ਦੇਖੋ ਜੀ, ਗੱਲ ਸੁਣ ਲਓ, ਉਹ ਤਾਂ ਮਾਨ ਸਾਹਿਬ ਹੀ ਕਹਿ ਸਕਦੇ। ਹਾਂਜੀ, ਉਹਨੂੰ ਕਲੀਨ ਚਿੱਟ ਦੇ ਰਿਹਾ ਸਟੇਜ ਤੇ ਖੜ ਕੇ, ਕੀ ਕਹਿੰਦੇ ਹੋ, ਇਹ ਵੋਟਾਂ ਦੀ ਰਾਜਨੀਤੀ ਹੈ, ਇਲੈਕਸ਼ਨ ਨੇੜੇ ਆ, ਉਹਨੂੰ ਕਲੀਨ ਚਿੱਟ ਦੇਣਾ ਕਿੰਨਾ ਕੁ ਜਾਇਜ਼ ਹੈ? ਦੇਖੋ ਜੀ, ਜਾਇਜ਼ ਕਿੱਥੋਂ, ਇਹਦਾ ਬੱਚੇ ਬੱਚੇ ਨੂੰ ਪਤਾ, ਜਾਨਵਰਾਂ ਨੂੰ ਵੀ ਪਤਾ, ਦਰਖਤਾਂ ਨੂੰ ਵੀ ਪਤਾ, ਜੋ ਸਾਡੇ ਨਾਲ 8-8 ਸਾਲਾਂ ਦੇ ਉਸ ਟਾਈਮ ਅਸੀਂ ਦੇਖੋ, ਸਾਡੇ ਤੁਹਾਨੂੰ ਦਿਖਾ ਲਈਏ, ਕਰੰਟ ਲਾ ਲਾ ਕੇ ਪੈਰਾਂ ਪਰ ਅਸੀਂ ਨਹੀਂ ਬੈਠ ਸਕਦੇ, ਸਿਆਣੇ ਹੋ ਗਏ ਹਾਂ, ਲੇਕਿਨ ਅਸੀਂ ਫਿਰ ਵੀ ਤੁਰੇ ਫਿਰਦੇ ਹਾਂ, ਅਸੀਂ ਸਿਆਣੇ ਹੋ ਗਏ, ਲੇਕਿਨ ਪੰਜਾਬ ਦਾ ਸਭ ਤੋਂ ਵੱਡਾ ਸਮਾਗਮ ਹੋ ਨਿਬੜੇ, ਇਹੀ ਸੰਗਤ ਨੂੰ ਬੇਨਤੀ ਹੈ ਕਿ 3 ਦਸੰਬਰ ਨੂੰ ਵੱਡੀ ਗਿਣਤੀ ਦੇ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਆਪਾਂ ਆਵਾਜ਼ ਉਠਾਈਏ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਵੱਲੋਂ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵੱਲੋਂ ਵੀ ਇਹ ਬੇਨਤੀ ਹੈ, ਅਸੀਂ ਜਿਹੜਾ 3 ਦਸੰਬਰ ਦਾ ਸਮਾਗਮ ਹੈ ਉਹਦੀ ਵੱਡੀ ਪੱਧਰ 'ਤੇ ਤਿਆਰੀ ਕਰਕੇ ਵੱਡੀ ਪੱਧਰ 'ਤੇ ਸੰਗਤ ਦੇ ਵਿੱਚ ਪਹੁੰਚਣਾ। ਇੱਕ ਵਾਰ ਜਾਣਾ ਹੁੰਦਾ ਉੱਥੇ, ਜਿਹੜੇ ਸਿੰਘ ਨੇ ਉੱਥੇ ਜਿੰਨੇ ਵੀ ਨੇ ਉਹਨਾਂ ਨਾਲ ਮੁਲਾਕਾਤ ਹੁੰਦੀ ਹੈ ਭਾਈ ਸਾਹਿਬ ਨਾਲ, ਬਾਕੀ ਸਾਰਿਆਂ ਨਾਲ, ਅਤੇ ਜੋ ਰੂਟੀਨ ਦੀਆਂ ਕੇਸ ਦੀ ਪੈਰਵੀ ਸੰਬੰਧੀ ਜੋ ਗੱਲਾਂ ਬਾਤਾਂ ਨੇ ਜਾਂ ਜੋ ਦੂਜੀਆਂ ਨੇ ਸਾਰੀਆਂ ਜੋ ਸੁਭਾਗ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਅਤੇ ਜੋ ਸਾਰੇ ਨੇ ਦੱਸੋ ਨੇ ਭਾਈ ਅੰਮ੍ਰਿਤਪਾਲ ਸਿੰਘ ਨੇ ਸਾਰੇ ਚੜ੍ਹਦੀ ਕਲਾ ਵਿੱਚ ਨੇ। ਬਾਕੀ ਦੇਖੋ, ਜੋ ਸਿਹਤ ਪੱਖ ਤੋਂ ਤਾਂ ਜਦੋਂ ਬੰਦਾ ਕਿਸੇ ਓਪਰੇ ਥਾਂ 'ਤੇ ਜਾਂਦਾ, 2500 ਕਿਲੋਮੀਟਰ ਦੂਰ ਹੈ ਪੰਜਾਬ ਤੋਂ ਦਿੱਲੂਗੜ੍ਹ ਦੀ ਜੇਲ੍ਹ, ਉੱਥੋਂ ਦਾ ਹਵਾ ਪਾਣੀ ਰਹਿਣ ਸਹਿਣ ਵੱਖਰਾ ਹੈ, ਤਾਂ ਉਹ ਜੋ ਸਿਹਤ ਇਹਦਾ ਅਸਰ ਕਰਦਾ ਹੀ ਕਰਦਾ। ਉਹ ਵੈਸੇ ਇਹੀ ਮੈਸੇਜ ਆ ਉਹ ਚੜ੍ਹਦੀ ਕਲਾ ਦੇ ਵਿੱਚ ਨੇ, ਕਿਰਪਾ ਮਹਾਰਾਜ ਜੀ ਸਾਡੇ
अपने घर च खलोता दशमेश पिता जी ने दर ते इत्थे बंदी सिंघां दी रिहाई वास्ते संगत अरदास करन पहुंची सी। फिर भी साडे बहुत सिंघ इहनूं रस्तियां दे विच डक लए। देखो ये बहुत मदभागी खबर आ, कोई बंदा अरदास करन अरदास करन चलिया वा उहनूं रोकणा बहुत मदभागी है। बंदी सिंह जिन्हें की सजा पूरी करते उन्होंने वापस लगातार सिंगा सिटारे बाहर आ गए। लेकिन दोनों सिंह सरकार इतने फेल हो गए श्री अमृतवास खालसा छोके हो बहर आना। देखो जी गल आए हैं जेडे बाकी बंदी सिंह ने गिरफ्तारी बच्चे ने उस तो बाद चो उन्हों का केस भी चल चुकिया जी, उन्होंने सजावं भी हो चुकिया ने, जिहड़ियां अपीलां ने वो उच्च अदालतों तो खारज भी हो चुकी ने। पर जेडे ये दस सिंह ने जे डिब्रूगढ़ जेल विखे ने ये एन एस ए के अधीन नज़रबंद ने, वो गिरफ़्तारी नहीं हुई किसी परचे के एन एस ए कानून ला के जिमें पहला अकाली लीडर के उपर 1984 तो बाद 94 तक बड़े अनेक अकाली लीडर के उपर एन एस ए के अधीन उन्होंने नज़रबंद किया जाता हों, उस तरीके नज़रबंद किया हो। नज़रबंदी जो सरकार का एक मर्जी होंगी है कि जदों चाहन ला सकते हैं जदों चाहन खारज कर सकते हैं, तो ये चीज़ हैगी है। जे पंजाब सरकार चाहे तो वो जो हम आप गलबात कर रहे हैं इस समय ही खारज कर सकते हैं। एन एस ए चुटकियों का काम है उन्होंने जो दलजीत सिंह कलसी ने उन्होंने कोई निजी वकील उन्होंने वकील साहब पैरवी कर रहे हैं, तो मैनू इस चीज़ के बारे कोई बहुत ही नॉलेज नहीं है। देखो जी जो वारिस पंजाब के जथेबंदी के दस आगू ने जिहड़े एन एस ए अधीन डिब्रूगढ़ सेंट्रल जेल आसाम विखे नज़रबंद ने, जिन्हां विचों जो सत्तां दे जो केस है एन एस ए नूं खारज कराउण बाबत वो मानयोग हाईकोर्ट विखे लगे हुए ने। भाई अमृतपाल सिंह ने यह गल आखी है भी ये जो जहाज़ है वारिस पंजाब के जथेबंदी मैं उसका कप्तान हाँ, तो मैं जदों तक मेरे साथियों का हल नहीं हुंदा उदों तीकर मैं जो आपका केस नहीं लाना, तो जो बाकी सिंह ने गुरमीत सिंह बुकनवाला कुलवंत सिंह राउके बसंत सिंह दौलतपुरा प्रधानमंत्री बाजिके पप्पलप्रीत सिंह दलजीत सिंह कलसी ते गुरिंदरपाल सिंह औजला इन्हां दे जो केस ने मानयोग हाईकोर्ट विखे लगे हुए, जो पंजाब सरकार है जान बुझ के भी जो हैगी है भी आप किसी ना किसी तरीके इन्हों का जो साल पूरा करवा दीए तो केस नूं डिले करती आ रही। असीं उत्थे दलीलां दिंदे सी दरखास्तां दिंदे सी पर यह झूठियां गल्लां करके जो जवाब ना दे के कोई अड़चना ही पाउंदे आ रहे सी। तो 6 नवंबर की तरीक नूं जज साहब ने जो ऑर्डर कीते आ पंजाब सरकार नूं भी तुसीं जो इस नूं 2 हफ्तियां दे विच विच जवाब दो, जे तीजे हफ्ते दोगे तो तुहानूं पर केस 20,000 रुपया जुर्माना पवेगा। 7 केस ने 1.5 लाख रुपया जुर्माना हो गया सरकार नूं ते उदू बाद देने देने तो सानू उस तो बाद विच जो 10 दिनों का टाइम दिता गया है जवाब उदू अगे जे असीं फर्दर कोई रीजॉइंडर या कोई जवाब देना चाहते हैं तो उस तो बाद जो ये गल सरकार ने जो जज साहब ने आखी है कि उस तो बाद जो तरीक मिली है 18 दिसंबर की तरीक मिली है तो उदो फिर देखते हैं की बनता है जी जो फाइनल तरीक। कबीर बादल का थानू पता है ही सारे का, उसने क्या क्या थोन दस दो पठा तो उन्हें बिठा लिया ये ब्रांच आया है ये ब्रांचा राम रहीम बादल यह जिहड़ा हुण सरकार आ भगवंत मान ये इन्हां दियां ब्रांचा है
ठीक है जी। हुण तुसीं दसो इलैक्शन तां उधर हो रहे हैं, ये जहाज लैके इत्थों ये जांदा पहला दिल्ली, दिल्ली दे हुण दूए नूं लैके उत्थे चल जांदा जिथे इलैक्शन हो गए है। किन्ना खर्चा पंजाब नूं थले लाता इन्हां लोकां ने, ये सिक्खी नूं खत्म कर रहे हैं। इस करके मेरे भावो मैं तुहानूं देख के हां नौजवानां नूं पग्गां नूं मेरे मन नूं बड़ी खुशी हुई है, क्योंकि मैनूं डॉक्टरां ने बंद किया सी। कल ही मैं कितने बोलिया, मैं इदा ही बोलता हूँ सरदार सिंह जी मान, मैं ओदा जिला नवां शहर प्रधान छोटी गल का नंबर सर मान दल का। बाबा जी जिम्मे की अच्छा केसगढ़ साहब आनंदपुर साहब इकट्ठे हुए हैं, क्योंकि इतने भाई अमृतपाल सिंह माता जी से उन्होंने भरा आए हैं, जिम्मे की खालसा वहीद है, तो अमृत जोड़ा छकया जा रहा शुरू तो ही वो जारी रहेगा, कदम बंद नहीं हो सकता, जारी रहूगा। आने वाले जिड़े भी जोशीले सिंह ने जो नवे अमृत छक रहे हैं, उन्होंने कोई मैसेज देना चाहोगे? मैं उन्होंने यही बेनती करदा, मैं तो सारे बेनती करदा जिन्होंने नहीं भी अमृत छकया, सारे नौजवान जिन्हें है गुरु वाले बन जाओ, मेरे वीर गुरु वाले बन जाओ, पंजाब नूं बचा लो, इत्थे दा सारे ही बदे पैसे आके रपे रहन, कोठियां खाली हो गई ना नौकरी आ थोड़ा गल होंगी भी वह करो आज बिजली उतर करी जाते हैं, कदम कांग्रेस पर करे वह पंजे तख्तों उत्तर अखंड पाठ साहब के भोग पाउण उपरंत अरदास समागम रखा गया सी। अज दूजा समागम सी, पर हैरानगी की गल है कि पंजाब सरकार जिहड़े अंग्रेजों तो मुगलों तो भी उपर जिहड़ी लंघ चुकी है भगवंत मान सरकार, इन्होंने इत्थे अरदास करन दे उपर रोक लाई गई है। श्रोमणी अकाली दल अमृतसर फतेह दे कौमी प्रधान सरदार जसकैर सिंह कहल सिंह वाला नूं कल पार्टी के जथेबंदी सकत्र प्रगट सिंह मुखी के घर उन्होंने समेत हाउस अरैसट किया होया। हैरानगी की गल है भी अंग्रेजों ने भी कदे इस तरह दियां रोकां नहीं लाईआं सी, पर भगवंत मान सरकार ने रोक लाने की कोशिश की है, पर जिहड़ी सिख कौम है इहनूं जिन्ना तुसीं दबोंगे ये उन्नी ज़्यादा उठती है। अज तुसीं देखो अकाल तख्त साहब तो वड्डा इकट्ठ होया इत्थे, ते परिवार वल्लों जिहड़ा 3 दसंबर नूं तख्त श्री दमदमा साहब विखे अरदास समागम कराया जाना, उहदे विच श्रोमणी अकाली दल अमृतसर फतेह वड्डी गिणती विच सम्मिलित करेगा, ते परिवार वल्लों अपील है भी 1 तरीक नूं श्री अखंड पाठ साहब प्रकाश होणगे, 3 दसंबर नूं उहनां दे भोग पाए जाणगे, 10 बजे समागम है। संगत नूं बेनती है कि रोकण की कोशिश है फिर भी करूँ, आपां 2 तरीक की रात नूं ही दमदमा साहब पहुँचना शुरू हो जाइए, तो इस तों वड्डा इकट्ठ करके दिखाईए, इहनूं दसीए कि यह जी सिख कौम है दबाया दबण वाली कौम नहीं। असी श्रोमणी अकाली दल अमृतसर फतेह वालों परिवार को विश्वास दवाने जो भी परिवार प्रोग्राम उलीकेगा असी वड्डी गिणती में उन्हों का साथ देवे। वाहेगुरू जी का खालसा वाहेगुरू जी सारे पंजाब वासियों जिन्हों ने सबू प्यार भरी सत श्रीकाल। सब तो पहला अमृतपाल बारे मैं कुछ शब्द बोलना चाहना, क्योंकि उन्हें कोई अज तक माड़ा ही कर खुद मैं आ दिहाड़ी हाँ छड़ के अच्छी दो मैनू ये सरकार ने कोई नौकरी नहीं दिती कोई कुछ नहीं है, सब झूठिया सरकार ने जिन्हियां भी फिर रही ने उपर तक सेंटर तक सब पैसे तक मतलब आ। तो अमृतपाल ने कोई माड़ा ही किया, उन्हें अज तक नशा ही छाया गुरु के लड़ लाने आया जो भी आ सारे अमृत सख सिखी का जो अपना स्वरूप आ वह बाहर सारे लैके आ, तो सब न चढ़ती कला होनी पंजाब कोई ऐसा नहीं जिदा बितकरा रखा जाना जा किसी का कोई लड़ाई होनी सब रहे प्यार ना रहो और वो तो अमृतपाल रिहा करा के इतने लिया जाए, क्योंकि हर एक बंदे की जिनी सब तो ज्यादा प्रति आ प्यार आ अमृतपाल बारे आ, क्योंकि गरीब आ चाहे चाहे गरीबों के घर जाके पुछ लियो सब नरक निकल जाना सी, सारे पंजाब इन्ने नशे तो तंग ने इन्ने नशे तो तंग ने, जे उन्होंने नशे का आवाज़ उठाती और गुरु के लड़ लाना चाहे तो यह मतलब थोड़ी जहा चक्के अंदर छिड़ दो हूँ मैं कल अमृत छा गरीब परिवार का बच्चा है
ਵੀ ਮੈਨੂੰ ਵੀ ਚੱਕ ਕੇ ਅੰਦਰ ਸੁੱਟ ਦੇਣਗੇ ਇਹ ਵੀ ਇਹ ਇਹਨਾਂ ਕੋਲ ਕਿਹੜੀ ਕਿਤਾਬ ਆ ਵੀ ਇਹ ਲਿਖਿਆ ਪਿਆ ਵੀ ਜੀ ਚ ਜੇ ਕੋਈ ਆਵਾਜ਼ ਉਠਾਉਂਦਾ ਅੰਦਰ ਸੁੱਟ ਦਿਓ ਚੱਕ ਕੇ ਕਿਹੜੀ ਕਿਤਾਬ ਆ ਮੇਰੇ ਕੋਲ ਲੈ ਕੇ ਆਉਣ ਕਿਹੜੀ ਕਿਤਾਬ ਆ ਲਿਖਿਆ ਵਾ ਜਿਹੜਾ ਆਵਾਜ਼ ਉਠਾਉਂਦਾ ਉਹਨੂੰ ਚੱਕ ਕੇ ਅੰਦਰ ਸੁੱਟਦੇ ਆ ਐਸਾ ਕਿਹੜਾ ਕਾਨੂੰਨ ਆ ਇਹ ਕਿਹੜੇ ਅੰਗਰੇਜ਼ੀ ਇਹ ਕਾਨੂੰਨ ਨੇ ਜਾਂ ਹਿੰਦੀ ਚ ਨੇ ਕੋਈ ਵੀ ਗੁਰੂ ਪੀਰ ਦੀ ਜਾਂ ਕੋਈ ਐਸਾ ਲੈ ਕੇ ਆਓ ਜਿਹਨੇ ਕਿਤੇ ਗੁਰੂਆਂ ਨੇ ਕਿਸੇ ਦੇ ਬਾਰੇ ਕਿਸੇ ਨਜਾਇਜ਼ ਧੱਕਾ ਕਰਿਆ ਹੋਵੇ ਜਾਂ ਕਿਸੇ ਬੇਅਦਬੀਆਂ ਕਰੀਆਂ ਹੁਣ ਗੁਰੂਆਂ ਨੇ ਤਾਂ ਇਹ ਸਿਖਾਇਆ ਇਕੱਠਾ ਵੰਡ ਕੇ ਸਕੋ ਔਰ ਪਿਆਰ ਨਾਲ ਰਹੋ ਔਰ ਗੁਰੂ ਦੇ ਲੜ ਲੱਗੋ ਸਿੱਖੀ ਨੂੰ ਪੂਰਾ ਗੁਰੂ ਕਹਿੰਦੇ ਆ ਇਹ ਸਰੂਪ ਰੱਖੋ ਹਰੇਕ ਆ ਜਿੰਨੇ ਵੀ ਆ ਸਾਰੇ ਇਹੀ ਸੋਚਦੇ ਆ ਬਸ ਖਾ ਲਈਏ ਲੁੱਟ ਕੇ ਖਾ ਲਈਏ ਸਾਰੀ ਦੁਨੀਆਂ ਠੱਗਾਂ ਦੀ ਗੱਲ ਹੋ ਗਈ ਉਹ ਸਾਰੀ ਦੁਨੀਆਂ ਵਿੱਚ ਠੱਗ ਤੁਰੇ ਫਿਰ ਜਿਹਦਾ ਜੀ ਕਰਦਾ ਮੰਤਰੀ ਬਣ ਕੇ ਲੁੱਟ ਕੇ ਆਪਦਾ ਘਰ ਨੂੰ ਵੜ ਜਾਂਦੇ ਨੇ ਇੱਥੇ ਗਰੀਬ ਵੀ ਧੱਕੇ ਖਾਂਦੇ ਫਿਰਦੇ ਨੇ ਸਿੱਖਾਂ ਨੂੰ ਵੀ ਵਿੱਚੇ ਧੱਕੇ ਦੇਈ ਜਾਂਦੇ ਨੇ ਕਿਉਂ ਇਹ ਕਿਹੜੀ ਕਿਤਾਬ ਇਹਨਾਂ ਕੋਲ ਕੀ ਲਿਖਿਆ ਵਾ ਇਹ ਵੀ ਧੱਕੇ ਮਾਰੋ ਬਣ ਕੇ ਮੰਤਰੀ ਜਿਹਦਾ ਜੀ ਕਰਦਾ ਬਸ ਚੜਿਆ ਆਉਂਦਾ ਏ ਜਾਂ ਕੋਈ ਆਵਾਜ਼ ਉਠਾਉਂਦਾ ਉਹ ਵੀ ਚੱਕ ਕੇ ਅੰਦਰ ਸੁੱਟ ਦਿੰਦੇ ਆ ਕਿਹੜੀ ਕਿਤਾਬ ਚ ਲਿਖਿਆ ਵਾ ਕਿਹੜਾ ਕਾਨੂੰਨ ਆ ਇਹਨਾਂ ਦਾ ਇਹ ਹੁਣ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜਿੰਨੇ ਵੀ ਬੰਦੀ ਸਿੰਘ ਨੇ ਛੇਤੀ ਛੇਤੀ ਰਿਹਾ ਕਰ ਦੇਣ ਸਭ ਤੋਂ ਬੜਾ ਭਲੇ ਦਾ ਕੰਮ ਹੋਊਗਾ ਉਸ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਵੀ ਇਹ ਇਹੀ ਆ ਉਹਦਾ ਹੁਕਮ ਵੀ ਇਹੀ ਆ ਜਿੰਨੇ ਬੰਦੀ ਸਿੰਘ ਰਿਹਾ ਹੁਣ ਕੋਈ ਗਲਤੀ ਨਹੀਂ ਕਰੀ ਹੋਈ ਉਹਨੇ ਜਾਇਜ਼ ਕਰਿਆ ਹੋਇਆ ਕਿਉਂਕਿ ਨਸ਼ੇ ਤੋਂ ਇੱਥੇ ਬਹੁਤ ਜ਼ਿਆਦਾ ਪੰਜਾਬ 'ਚ ਗਲੀ ਗਲੀ ਨਸ਼ਾ ਵਿਕਦਾ ਮੇਰੇ ਨਾਲ ਚੱਲ ਪੈਣ ਕਿਹੜੀ ਗਲੀ 'ਚ ਨਹੀਂ ਨਸ਼ਾ ਦਿੱਲੀ ਉਹ ਨਸ਼ਾ ਵਿਕ ਰਿਹਾ ਜਿਹੜਾ ਕਹਿੰਦਾ ਦਿੱਲੀ ਨਸ਼ੀ ਨਹੀਂ ਹੈਗਾ ਹਰ ਘਾਟ 'ਤੇ ਨਸ਼ਾ ਏ ਪੰਜਾਬ ਦੀ ਮੋੜ ਮੋੜ 'ਤੇ ਨਸ਼ਾ ਕਰਤਾ